ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਲੁਧਿਆਣਾ ਦੀ DCC ਨਾਮਕ ਲੋਹੇ ਫੈਕਟਰੀ ਦੀ ਭੱਠੀ ਦੇ ਵਿੱਚ ਰਾਤੀ 2 ਵਜੇ ਹੋਇਆ ਵੱਡਾ ਧਮਾਕਾ, 11 ਜ਼ਖਮੀ, 1 ਦੀ ਮੌਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਲੁਧਿਆਣਾ ਤੋਂ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੀ ਮੁੰਡਿਆ ਕਲਾ ਇਲਾਕੇ ਦੇ ਵਿੱਚ ਸਥਿਤ DCC ਨਾਮਕ ਇੱਕ ਲੋਹੇ ਦੀ ਫੈਕਟਰੀ ਦੇ ਵਿੱਚ ਦੇਰ ਰਾਤ ਤਕਰੀਬਨ 2 ਵਜੇ ਭੱਠੀ ਦੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਧਮਾਕੇ ਦੇ ਨਾਲ 11 ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ 1 ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 2 ਦੀ ਨਾਜ਼ੁਕ ਹਾਲਤ ਵੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਅਤੇ 9 ਮਰੀਜ਼ਾਂ ਦਾ ਇਲਾਜ ਸਿਵਲ ਹਸਪਤਾਲ ਵਿਖੇ ਹੀ ਚੱਲ ਰਿਹਾ ਹੈ, ਜਦਕਿ 1 ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜੇਕਰ ਮਰੀਜ਼ਾਂ ਦੀ ਮੰਨੀਏ ਨਾ ਕਰਮਚਾਰੀਆਂ ਦੀ ਮੰਨੀਏ ਤਾਂ ਕਿਤੇ ਨਾ ਕਿਤੇ ਇਹ ਫੈਕਟਰੀ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਕਰਕੇ ਵਾਪਰਿਆ ਹਾਦਸਾ ਹੈ, ਕਿਉਂਕਿ ਭੱਠੀ ਦੇ ਵਿੱਚ 2 ਸੁਰਾਖ ਹੋਣੇ ਚਾਹੀਦੇ ਸੀ ਅਤੇ ਭੱਠੀ ਵਿੱਚ 1 ਸੁਰਾਖ ਹੋਣ ਦੀ ਵਜ੍ਹਾ ਨਾਲ ਭੱਠੀ ਜ਼ਿਆਦਾ ਗਰਮ ਹੋ ਕੇ ਬਲਾਸਟ ਹੋ ਗਈ। ਹਾਲਾਂਕਿ ਮਾਮਲੇ ਦਾ ਪੂਰਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ ਅਤੇ ਅਸਲ ਤੱਥ ਜਾਂਚ ਤੋਂ ਬਾਅਦ ਹੀ ਸਾਹਮਣੇ ਆਣਗੇ। ਮੇਰਾ ਨਾਮ ਕੌਣ ਸੀ ਫੈਕਟਰੀ ਮੈਂ ਬਲਾਸਟ ਹੁਆ ਕੈਸੇ ਹੁਆ ਸਰ DC ਸਟੀਲ ਅੱਛਾ ਜੀ ਵੋ ਕਾਮ ਚੱਲ ਰਹਾ ਥਾ ਠੀਕ ਆ ਗਰਮ ਕਾਮ ਹੈ ਵੋ ਪਾਈਪ ਥਾ ਇੱਕ ਤਰਫ ਖੁੱਲ੍ਹਾ ਛੇਦ ਥਾ ਕੋਲ ਥਾ ਇੱਕ ਸਾਈਡ ਮੇਂ ਇੱਕ ਸਾਈਡ ਮੇਂ ਬੰਦ ਥਾ ਵੋ ਕੋਲ ਵਾਲਾ ਜੋ ਹੈ ਨੀਚੇ ਪੜ ਗਿਆ ਅੱਛਾ ਨੀਚੇ ਪੜ ਗਿਆ ਯਾ ਕਿ ਆਧੇ ਪੇ ਬੰਦ ਥਾ ਵੋ ਸਮਝ ਮੇਂ ਨਹੀਂ ਆਇਆ ਮੈਗਨੇਟ ਸੇ ਪੜ ਗਿਆ ਫੈਕਟਰੀ ਕਾ ਨਾਮ ਹੈ ਜਿਸਮੇ ਪਾ DC ਸਟੀਲ ਹਾਂਜੀ DC ਸਟੀਲ DC ਸਟੀਲ ਕਿੰਨੇ ਬੰਦੇ ਜ਼ਖਮੀ ਹੈ ਕੋਈ ਜ਼ਖਮੀ ਹੈ ਇੱਕ ਬੰਦਾ ਜ਼ਿਆਦਾ ਚਲਾ ਹਾਂ ਔਰ ਬਾਕੀ ਥੋੜ੍ਹਾ ਕਮ ਐਸੇ ਹੀ ਚਲੇ ਉਹ ਲੈ ਦੇ ਕੇ ਵਹੀ ਕਿੰਨੇ ਬੰਦੇ ਥੇ 10 ਬੰਦੇ ਮੇਰਾ ਨਾਮ ਰਜੇਸ਼ ਹੈ ਜੀ ਆਪਕੋ ਕਹਾਂ ਕਹਾਂ ਚੋਟ ਲੱਗੀ ਆਪਕੋ ਹੱਥ ਮੇਂ ਲਗਾਇਆ ਸਿਰ ਮੇਂ ਲਗਾਇਆ ਜੀ ਪੈਰ ਜਲਾ ਹੁਆ ਅਭੀ ਹਾਦਸਾ ਕਿਤਨੇ ਵਜੇ ਹੁਆ ਰਾਤ ਲਗਭਗ 1:30 ਵਜੇ ਕਰੀਬ ਵਜੇ ਅੱਛਾ ਫੈਕਟਰੀ ਮੇਂ ਕਾਮ ਚੱਲ ਰਿਹਾ ਥਾ ਹਾਂ ਜੀ ਕਬ ਅਭੀ ਤੱਕ ਕੁਛ ਪ੍ਰਾਪਤ ਚਿਕਿਤਸਾ ਕਿਆ ਮਿਲਾ ਅਭੀ ਤੱਕ ਇਲਾਜ ਕਿਆ ਮਿਲਾ ਅਭੀ ਤੋ ਦਵਾਈ ਸੂਈ ਚੱਲ ਰਿਹਾ ਹੈ ਪਾਣੀ ਵੋਣੀ ਚੜਾਇਆ ਰਾਤ ਕੱਲ੍ਹ ਸੇ ਜੀ ਯਹਾਂ ਆਏ ਤੋ ਸਭ ਚੀਜ਼ ਕਾ ਸੁਵਿਧਾ ਮਿਲ ਰਿਹਾ ਹੈ ਕੋਈ ਤੰਗੀ ਨਹੀਂ ਹੈ ਆਗੇ ਦੇਖੀਏ ਕਿਆ ਹੋਤਾ ਹੈ ਪ੍ਰਦੀਪ ਕਹਾਂ ਹੋ ਯੇ ਜਾਵੇਵਾਲ ਮੇਂ ਹੁਆ ਥਾ ਅੱਛਾ ਫੈਕਟਰੀ ਕਾ ਨਾਮ ਹਾਂ ਫੈਕਟਰੀ ਕਾ ਨਾਮ ਹੈ ਇਹ ਘਰ ਦਾ ਨਾਮ ਫਵਿੱਤਰ ਨਾ ਗਿਆ DC ਅੱਛਾ DC ਮੇਂ ਹੁਆ ਥਾ ਅੱਛਾ ਕੈਸੇ ਹੁਆ ਪਾਈਪ ਸੇ ਹੁਆ ਥਾ ਪਾਈਪ ਫਟ ਗਿਆ ਥਾ ਅੱਛਾ ਹਾਂ ਤੋ ਕਿਤਨੇ ਬੰਦੇ ਜ਼ਖਮੀ ਹੋਏ 9-10 ਬੰਦੇ ਹੋਏ ਹੈ ਜ਼ਖਮੀ ਅੱਛਾ ਕਿਸੇ ਹਾਲਤ ਗੰਭੀਰ ਵੀ ਠੀਕ ਹੈ ਸਾਹਿਬ ਕਿਸੇ ਦਾ ਕੰਮ ਹੈ ਕਿਸੇ ਦਾ ਜ਼ਿਆਦਾ ਹੈ ਕਿਸੇ ਦਾ ਕੰਮ ਹੈ ਕਿਸੇ ਦਾ ਜ਼ਿਆਦਾ ਹੈ ਸਾਰਿਆਂ ਦੇ ਬਰਨਸ ਜਿਹੜੇ 25% ਤੋਂ ਘੱਟ ਹੈ ਲੈਸ ਦੈਨ 25% ਨੇ ਬਰਨਸ ਤੇ ਟ੍ਰੀਟਮੈਂਟ ਇਹਨਾਂ ਦਾ ਚੱਲ ਰਿਹਾ ਤੇ ਸਾਰੇ ਸਟੇਬਲ ਹੈ ਟੋਟਲ 1 ਬਰੋਡਡ ਸੀਗਾ ਤੇ 2 ਪੇਸ਼ੈਂਟਸ ਅਸੀਂ ਰਾਤੀ ਰੈਫਰ ਕੀਤੇ ਹਾਂ ਟ੍ਰੈਸ਼ਰੀ ਸੈਂਟਰ 'ਚ ਇੱਕ ਪੇਸ਼ੈਂਟ ਦੀ ਡੈਥ ਹੋਈ ਸਾਡੇ ਕੋਲ ਟੋਟਲ 11 ਪੇਸ਼ੈਂਟ ਆਏ ਹਾਂ
ਜਿਨ੍ਹਾਂ 'ਚ ਨੌ ਐਡਮਿਟਡ ਹੈ, ਵਾਰਡ 'ਚ ਮੇਰੇ ਕੋਲ ਦਾਖਲ ਹੈ, ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ। ਸਰ ਰਜਿੰਦਰਾ ਹੋਸਪਿਟਲ ਜਿਹੜੇ ਰੈਫਰ ਕੀਤਾ ਉਹ ਇੱਕ ਸੀਗਾ, ਦੋ ਰਾਜੇ ਉਹਦੇ ਬਾਰੇ ਮੈਂ ਨਹੀਂ ਜਾਣਦਾ, ਉਹ ਮੈਨੂੰ ਉਹਦੇ ਬਾਰੇ ਅਪਡੇਟ ਨਹੀਂ ਹੈ। ਇਹ ਪਹਿਲੇ ਵੀ ਕਿਸੇ ਪ੍ਰੈਸ ਵਾਲੇ ਨੇ ਗੱਲ ਕੀਤੀ ਇਹੀ, ਪਰ ਜਿਹੜੇ ਇਸ ਟਾਈਮ ਸਾਡੇ ਕੋਲ ਪੇਸ਼ੈਂਟਸ ਹੈਗੇ ਨੇ ਉਹ ਸਾਰੇ ਆਲਮੋਸਟ ਸਟੇਬਲ ਆ। ਕੰਡੀਸ਼ਨ ਕਿੱਦਾਂ ਸਰ? ਠੀਕ ਨੇ, ਉਹਨਾਂ ਦੇ ਇੱਕ ਦੋਵਾਂ ਦੇ ਐਕਸਰੇਜ਼ ਕਰਵਾਵਾਂਗੇ ਅਤੇ ਫਰਦਰ ਜੇ ਲੋੜ ਹੋਏਗੀ ਤਾਂ ਉਹਨਾਂ ਦਾ ਉਹਦੇ ਮੁਤਾਬਿਕ ਟ੍ਰੀਟਮੈਂਟ ਹੋਏਗਾ। ਠੀਕ ਸਰ, ਕਿੰਨੇ ਵਜੇ ਦਾ ਵਕਤ ਹੈ, ਕਿੰਨੇ ਵਜੇ ਪਹੁੰਚੇ? ਇਹ ਰਾਤੀ ਅਰਾਊਂਡ 2 ਵਜੇ ਨਿਕਲੇ, 2-2.5 ਵਜੇ। ਕਿੰਨੇ ਮਰੀਜ਼ ਆਏ ਸੀ? ਹਾਂਜੀ, ਟੋਟਲ ਮੇਰੀ ਸਾਡੇ ਕੋਲ 11 ਜਾਣਾ ਪੈਸੇ ਦੋ ਪੇਸ਼ੈਂਟ ਭੇਜੇ ਅਤੇ ਇੱਕ ਬਰੋਡ ਡੈਡ ਸੀਗਾ ਇਹਨਾਂ ਦੇ ਇਲਾਵਾ। ਠੀਕ ਹੈ ਸਰ, ਅਤੇ ਹੁਣ ਇੱਥੇ ਇਸ ਟਾਈਮ ਸਾਡੇ ਕੋਲ 9 ਪੇਸ਼ੈਂਟ ਐਡਮਿਟਡ ਹੈ। ਹਾਂਜੀ, ਸਟੇਬਲ ਹੈ। ਗੁਰਪਿਆਰੋ, ਗਰਮੀ ਦਾ ਸਮਾਂ ਹੈ ਤੇ ਫੈਕਟਰੀ ਮਾਲਕਾਂ ਨੂੰ ਵੀ ਚਾਹੀਦਾ ਹੈ ਕਿ ਫੈਕਟਰੀ ਦੇ ਵਿੱਚ ਚਾਹੇ ਭੱਠੀ ਹੈ ਜਾਂ ਕੋਈ ਹੋਰ ਅਜਿਹੀ ਮਸ਼ੀਨ ਹੈ ਜੋ ਗਰਮੀ ਦੇ ਅਜਿਹੇ ਮੌਸਮ ਵਿੱਚ ਚੱਲਦੀ ਹੋਈ ਹੀਟ ਅਪ ਹੁੰਦੀ ਹੈ ਤਾਂ ਉਹਨਾਂ ਮਸ਼ੀਨਾਂ ਦਾ ਖਾਸ ਧਿਆਨ ਰੱਖਿਆ ਜਾਵੇ, ਖਾਸ ਕਰਕੇ ਭੱਠੀਆਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ, ਜਿਨ੍ਹਾਂ ਦੇ ਵਿੱਚ ਸੇਫਟੀ ਅਤੇ ਸਿਕਿਉਰਿਟੀ ਵਾਸਤੇ ਜੋ ਚੀਜ਼ਾਂ ਜ਼ਰੂਰੀ ਚਾਹੀਦੀਆਂ ਹੁੰਦੀਆਂ ਨੇ ਉਹ ਜ਼ਰੂਰ ਹੋਣ ਤਾਂ ਜੋ ਕਿਤੇ ਵੀ ਅਜਿਹੀ ਅਣਸੁਖਾਵੀ ਘਟਨਾ ਮੁੜ ਨਾ ਵਾਪਰੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵੀ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।